ये कोई केड़ा भाई है भाई, चोरी करना या चोरी की गल नहीं दसना, तो सूए इसने कमा से गल तो ना डरता, मगर तू धी साध के मैंने जी गल शाबाश है, तो वो मुझे राजी बड़े सुनियो से ना भाई अं उ गया आखे अगू भाई घर भाग जाओ तो चुप कर जाओ राजी होया। मैं आख्या मैं एक राजी होने वाली गल तो एडी काई नहीं भी, तो साडा मसला आप दा होया, आप असा हल करना होया, तो शरीक ਬਈ ਜੁੜਾ ਗੱਤਾਂ ਬੀਵੀ ਨਾਲ ਤੇ ਬਾਲਾਂ ਨਾਲ ਲਾਏ ਝਗੜੇ, ਮੈਂ ਉਹ ਤੇ ਦੱਸਿਆ ਸੀ ਵੀ ਉਹ ਹੁਣ ਚਾਰ ਪੁੱਤਰ ਹੁੰਦੇ ਤੇ ਚਾਹ ਵਿੱਚ ਦੋਵੇਂ ਪੁੱਤਰ ਜਿਹੜੇ ਨਾ ਉਹ ਪਿਓ ਦੀ ਸ਼ਕਲ ਨਹੀਂ ਮਿਲਦੇ, ਤੇ ਉਹ ਜਿਹੜਾ ਮੈਨੂੰ ਆਖਿਆ ਨਾ ਵੀ ਤੂੰ ਸਲੂਕ ਕੀਤਾ ਕਰ ਬੱਚਿਆਂ ਨਾਲ, ਉਹ ਮੈਂ ਨਾ ਵੀ ਮੈਂ ਤਾਂ ਸਲੂਕ ਕੀਤੇ ਜਿਹੜੇ ਆਪਦੇ ਵੀ ਨਾ ਹੋਵੇ, ਤੇ ਤੁਹਾਡੇ ਵੀ ਆਪਦੇ ਹੈ ਤੇ ਤੁਹਾਨੂੰ ਉਹ ਅੱਗੋਂ ਸੁੱਟੇ ਚਾਹੀਦੇ ਦੇਣ, ਅਸੀਂ ਅੱਲਾ ਉਹ ਨਤੀਜਾ ਜਿਹਾ ਵਿਖਾਇਆ ਮੈਂ ਜਾਣ ਵੀ ਜਿਹੜੇ ਕਿਸੇ ਦੇ ਗਲਤੀ ਵੀ ਲਾਵੇ ਨਾ ਕੋਈ ਸਲੂਕ ਨਾ ਕਰੇ ਮੱਬਤ ਨਾ ਕਰੇ। ਚੰਗੀ ਗੱਲ ਕਰੋ, ਨੁਕਸਾਨ ਤਾਂ ਕਿਸੇ ਦਾ ਮੈਂ ਕਰਨ ਦੇ ਹੱਕ ਚ ਹਾਂ ਹੀ ਨਹੀਂ, ਫਾਇਦਾ ਹੋ ਜਾਵੇ ਕਿਸੇ ਦਾ ਮੇਰਾ ਥੋੜਾ ਕਿਹੜਾ ਨੁਕਸਾਨ ਹੋ ਜਾਵੇ, ਖੈਰ ਸੱਲਾ ਭਲਾ ਕਰ ਜਾਓ, ਭਲਾ ਕਰ ਭਲਾ ਸੋ ਭਲਾ, ਚੰਗੀ ਗੱਲ ਹੋਵੇ ਤੇ ਸ਼ਾਮਿਲ ਹੋ ਜਾਓ, ਬਹਿੜੀ ਗੱਲ ਚ ਨਹੀਂ ਸ਼ਾਮਿਲ ਹੋਣਾ। ਉਹ ਤੁਹਾਨੂੰ ਪਤਾ ਨਹੀਂ ਸੀਗਾ ਉਹ ਨਰਸ ਦਾ ਰੋਲਾ ਜਿਹਾ ਬਣਿਆ, ਅਤੇ ਉਹ ਇੱਕ ਮਸੀਤ 'ਚ ਬੰਦਾ ਆ ਬੈਠਾ ਅਤੇ ਉਹ ਗੱਦੀ ਰੋ ਰਹੇ ਅਤੇ ਆਖੇ ਮੈਂ ਲੱਗ ਨੂੰ ਵੀ ਮੇਰਾ ਪੁੱਤਰ ਮਰ ਗਿਆ ਸ਼ਰਾਬ ਪੀ ਕੇ, ਉਹ ਜਿੰਨਾ ਦੇ ਤਾਂ ਕੋਈ ਨਾ ਸ਼ਾਮਿਲ ਪਿਆ ਹੋਵੇ ਕੀ ਆ ਨੌਵਾਂ ਤਾਂ, ਅਤੇ ਬਾਬੇ ਲੱਗਾ ਪਤਾ ਇਹ ਇਕੱਲਾ ਜਿਹਾ ਗਿਆ ਉਸਦੇ ਪਿਓ ਨੂੰ ਨਾਲ ਲਿਓ ਅਤੇ ਉਹ ਬੱਚੇ ਨੂੰ ਨਵਾ ਦਵਾ ਕੇ ਅਤੇ ਕਫਨ ਦਫਨ ਕਿਤੋਂ ਨੇ। ਅੱਛਾ ਮੈਨੂੰ ਨਹੀਂ ਪਤਾ ਇਸ ਗੱਲ ਦਾ, ਉਹ ਜੇ ਸਰ ਨਰਸ ਜੀ ਦਾ ਰੋਲਾ ਪਿਆ ਨਾ ਅਤੇ ਉਹਦਾ ਪਤੀ ਨਾ ਪਈ ਕਿਵੇਂ ਰਾਂਦਾ ਗੀਆਂ ਪਈਆਂ, ਅਤੇ ਉਹ ਆ ਕੇ ਮਾਏ ਮੈਨੂੰ ਤੇ ਬਾਬੇ ਨੂੰ ਲੈ ਗਏ ਥਾਣੇ, ਤੇ ਕਿ ਉਹ ਗੁੰਮਸ਼ੁਦਾ ਜਿਹੀ ਹੈ ਤੇ ਰੋੜਾ ਜਿਹਾ ਹੈ, ਉਹ ਲੜਕੇ ਦੇ ਪਿਓ ਨੂੰ ਸਾਡੇ ਬੈਂਡ ਦਾ ਪਤਾ ਲੱਗਾ ਨਾ, ਅਰੇ ਬਾਬੇ ਕਿਵੇਂ ਸੁਨੇਹਾ ਕਰਿਆ ਉਹਦੇ ਕੋਲ, ਉਹ ਆਇਆ ਤੇ ਅਸੀਂ ਮਰਦਾਂ ਵਾਂਗ ਅਨਵਰ ਖਾਨ ਦੋ ਜਵਾਨ ਸਭਾ ਥਾਣੇ 'ਚ ਆ ਕੇ ਜਿਵੇਂ ਥਾਣੇਦਾਰ ਨਾਲ ਗੱਲ ਕੀਤੀ ਨਾ, ਕਿ ਆਹ ਜਿਹੜਾ ਬਜ਼ੁਰਗ ਹੈ ਨਾ ਇਹ ਇੱਕ ਮਿੰਟ ਇਸ ਤੋਂ ਗਣਾ ਹੋਰ ਮੈਂ ਇੱਥੇ ਨੂੰ ਵਿਆਹ ਹੈ ਦੁਨੀਆ ਜਹਾਨ ਬੈੜੀ ਹੋ ਸੀ, ਇਹ ਨਾ ਇਸ ਨੂੰ ਤੁਸੀਂ ਦੁਬਾਰਾ ਅਨੁਵਾਦ ਲਾਵਣਾ ਹੈ ਬਾਬੇ ਨੂੰ। ਨਹੀਂ ਨਹੀਂ ਹੋਰ ਆ ਮੰਮੀ ਚੌਕ 'ਤੇ ਉਹ ਅਲੀ ਮੰਤ ਨਾਲ ਆ ਨਾ ਸਾਡੇ ਉਹ ਨਾਲ, ਅਤੇ ਉਹ ਮੁੜ ਮੈਂ ਪੁੱਛਿਆ ਮੈਂ ਬਾਬਾ ਕੌਣ ਆ ਬੰਦਾ, ਕਹੀਂ ਇਹਨੂੰ ਲੋੜ ਆਈ ਉਸਨੇ ਤਾਂ ਮੈਂ ਕਿ ਇਹਨ ਕੀਤਾ, ਹਾਂ ਅਤੇ ਉਹ ਕੋਈ ਨਾ ਆਪਾਂ ਨੇੜੇ ਜਾਂਦਾ ਗਾ, ਅਤੇ ਮੁੜ ਬੱਕਰਾ ਹੀ ਦਾਈ ਤਾਂ ਉਹ ਅਸੀਂ ਕੁਛ ਚਾਹਿਆ ਅਤੇ ਉਹ ਲੈ ਕੇ ਬੂਹੇ 'ਤੇ ਆਇਆ ਸਾਡੇ ਉਸਨੇ, ਅਤੇ ਉਹ ਮੈਂ ਨਾ ਵੀ ਕਿਸੇ ਦਾ ਬਣਾ ਉਹ ਕਰਨਾ ਹੋਵੇ। ਆਪਣੇ ਨਾਲ ਦਾ ਘਰ ਆ ਨਾ ਬੈਠ ਰੱਖੀ ਨਾ ਉਹਨਾਂ ਦਾ ਮਾਈ ਆ ਸਾਂਝੇ, ਉਹਨਾਂ ਦੇ ਨੌਂ ਦਾ ਰੋਲਾ ਜਿਹਾ ਕਿਵੇਂ ਹਾ ਤਲਾਕ ਦਾ ਤੇ ਰੋਲਾ ਜਿਹਾ ਗੁਆਈ ਬਾਬਾ ਗੁਆਈ ਦੇਵਣ ਗਿਆ ਮੈਨੂੰ ਹਾਸਾ ਆਉਂਦਾ ਯਾਦ ਕਰਕੇ ਗੱਲਾਂ, ਹਾਂ ਤੇ ਉਹ ਨਾ ਬਾਬਾ ਲਾ ਕੇ ਚੋਰ ਚੰਗੀ ਹੈ ਜਾ ਕੇ ਨਾ ਤੈਨੂੰ ਕਿਵੇਂ ਪਤਾ ਅਸੀਂ ਸਾਡੇ ਘਰ ਨਲਕੇ 'ਚ ਪਾਣੀ ਭਰੇ ਨਲਕੇ ਮੈਂ ਵੇਖ ਵੇਲਾ ਉਹ ਕਿਦੋਂ ਚੰਗੀ ਅਤੇ ਨਿੱਘੀ ਚੋਏ ਚੰਗੀ ਹੈ ਉਹਦਾ ਕਸੂਰ ਕੋਈ ਨਹੀਂ, ਬਾਬੇ ਗੱਲ ਬਣਾ ਕੇ ਦੱਸੀ ਨਾ ਸਿੱਧੀ ਤਰ੍ਹਾਂ ਸੱਚੀ ਤਾਂ ਸਿੱਧੀ ਗੱਲ ਬਨਾਵਟ ਤੋਂ ਬਗੈਰ।